सत श्री अकाल। पंजाब भारत ते यूके दियां इंग्लिश, पंजाबी अते गुजराती दियां खबरां दे इकमात्र पोर्टल इंडियन टाइम्स डेली .com ते तुहाडा सारयां दा स्वागत है। इहदे विच तुहानू स्थापित कारोबारां अते साधनां दी जानकारी भी मिलेगी। मेरा नाम गौरी सिंह है ते अज दियां मुख खबरां ने। पंजाब विच सरकार ने टूरिज्म मिनिस्टर नवजोत सिंह सिद्धू नूं सज़ा सुनाउण दी मांग कीती है अते सिख समूहां ने फिल्म नानक शाह फकीर दी रिलीज़ दे खिलाफ विरोध कीता है। भारत विच पीएम नरेंद्र मोदी ने कठुआ अते उन्नाव बलात्कार दी निंदा कीती है अते IMF ने कहा है कि भारत नूं बायोमैट्रिक प्रोग्राम्स दे विच निष्ठा नूं यकीनी बनाउणा चाहीदा है। यूके विच सरकार US तों सीरिया दे मिज़ाइल हमले दे निर्देशां दी उडीक कर रही है अते पीएम थरेसा मे नूं यूके दी इतिहासिक गलतियां तों माफ़ी मंगण लई कहा गया है। साडे नाल जुड़े रहो दोस्तों, असीं पंजाब भारत ते यूके दीआं महत्वपूर्ण खबरां दे नाल जल्दी वापस आवांगे। इंडियन टाइम्स डेली ते तुहाडा सारयां दा स्वागत है। पंजाब दीआं 10 मुख खबरां हन। राज सरकार ने अपने टूरिज्म मिनिस्टर नवजोत सिंह सिद्धू नूं 1988 दे रोड रेज मामले विच सज़ा सुनाउण दी मंग कीती है, जिस विच इक जान भी गई सी। सरकारी काउंसल संग्राम सिंह सैरों ने सुप्रीम कोर्ट नूं दस्सिया कि सिद्धू नूं सज़ा देण दा हाई कोर्ट दा फैसला सही सी। पंजाब अते हरियाणा दे सिख समूहां ने कॉन्ट्रोवर्शियल फिल्म नानक शाह फकीर दी रिलीज़ दे खिलाफ विरोध प्रदर्शन कीता है। सुप्रीम कोर्ट ने हाल ही दे विच इस फिल्म दी रिलीज़ नूं मंजूरी दे दित्ती सी। इह फिल्म सिखिज़म दे फाउंडर गुरु नानक देव जी दे जीवन अते सिख्या उप्पर आधारित है। साबका कांग्रेस MLA अश्विनी सेखरी ने पार्टी काउंसलर्स नूं म्यूनसिपल कमेटी प्रेजिडेंट अते बटाला तों BJP नेता नरेश महाजन दा समर्थन वापस लैण दा हुक्म दित्ता है। राज विच इक्को इक इहो जिही BJP म्यूनसिपल कमेटी सी जो कि कांग्रेस दी मदद तों सत्ता विच आई सी। बिहार दे CM नीतीश कुमार ने GST काउंसिल नूं अपील कीती है कि ओह गुरुद्वारयां विच कम्युनिटी रसोईयां विच इस्तेमाल हुंदे भोजन बनाउण दे लई इनग्रीडियंट्स दे उप्पर छूट देण। नीतीश ने दावा कीता कि भोजन बनाउण वाले कुछ इनग्रीडियंट्स टैक्सेबल सन। ਬਠਿੰਡਾ ਵਿੱਚ ਇੱਕ ਤਾਜ਼ਾ ਸਿਆਸੀ ਸਲੱਗ ਫੈਸਟ ਦੇ ਪੜਾਵ ਨੂੰ ਨਿਰਧਾਰਿਤ ਕੀਤਾ ਗਿਆ ਹੈ ਕਿਉਂਕਿ ਦੋਨੋਂ ਕਾਂਗਰਸ ਅਤੇ SAD ਵਿਸਾਖੀ ਤੇ ਆਪਣੇ ਸਿਆਸੀ ਕਾਨਫਰੰਸਿਸ ਦੇ ਲਈ ਤਿਆਰ ਹਨ। ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਹੈ, ਇਸ ਨੇ ਅਕਾਲ ਤਖ਼ਤ ਦੇ ਕਹਿਣ ਤੋਂ ਕਈ ਸਿਆਸੀ ਕਾਨਫਰੰਸਿਸ ਨੂੰ ਰੋਕਿਆ ਹੈ। SGPC ਦੇ ਚੀਫ ਸੈਕਟਰੀ ਰੂਪ ਸਿੰਘ ਨੇ ਸਿੱਖ ਕਮਿਊਨਿਟੀ ਤੋਂ ਕੰਟਰੋਵਰਸ਼ੀਅਲ ਫਿਲਮ ਨਾਨਕ ਸ਼ਾਹ ਫਕੀਰ ਦੀ ਪਹਿਲਾਂ ਮਸ਼ਹੂਰੀ ਕਰਨ ਤੋਂ ਮਾਫ਼ੀ ਮੰਗੀ ਹੈ। ਫਿਲਮ ਦੇ ਰਿਲੀਜ਼ ਹੋਣ ਤੇ ਰਾਜ ਦੇ ਵਿੱਚ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਹ ਬਿਆਨ ਆਇਆ। ਅਪਾਹਿਜ ਲੋਕਾਂ ਦੇ ਚੀਫ ਕਮਿਸ਼ਨਰ ਕਮਲੇਸ਼ ਕੁਮਾਰ ਪਾਂਡੇ ਨੇ ਰਾਜ ਦੇ ਵਿੱਚ ਅਪਾਹਿਜ ਲੋਕਾਂ ਦੇ ਲਈ 9 ਨਵੀਆਂ ਸਕੀਮਾਂ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 3.5 ਲੱਖ ਲੋਕਾਂ ਤੋਂ ਵੱਧ ਲੋਕਾਂ ਨੂੰ ਸਕੀਮਾਂ ਦੇ ਅਧੀਨ ਸਰਟੀਫਿਕੇਟ ਦਿੱਤਾ ਜਾਵੇਗਾ। ਸਟੇਟ ਕਾਂਗਰਸ ਚੀਫ ਸੁਨੀਲ ਜਾਖੜ ਨੇ CM ਅਮਰਿੰਦਰ ਸਿੰਘ ਦੇ ਨਾਲ ਰੁੱਖਾ ਵਿਵਹਾਰ ਹੋਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ। ਇਹ ਬਿਆਨ ਉਦੋਂ ਆਇਆ ਜਦੋਂ ਜਾਖੜ ਨੂੰ CM ਦੇ ਨਾਲ ਦਰਸ਼ਕ ਬਣਨ ਤੋਂ ਖੰਡਿਤ ਕੀਤਾ ਗਿਆ ਸੀ। ਉਹਨਾਂ ਨੇ MLAs ਦੀ CMO ਤੱਕ ਇੱਕ ਡੈਲੀਗੇਸ਼ਨ ਦੀ ਅਗਵਾਈ ਕੀਤੀ ਸੀ ਜੋ ਕਿ ਪੁਲਿਸ ਅਫਸਰਾਂ ਦੇ ਬਹੁਤ ਸਾਰੇ ਟ੍ਰਾਂਸਫਰਸ ਹੋਣ ਦੇ ਖਿਲਾਫ਼ ਸੀ। ਹੈਲਥ ਮਿਨਿਸਟਰ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਰਾਜ ਦੇ ਕੋਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਲਈ ਕੋਈ ਵੀ ਪ੍ਰਸਤਾਵ ਨਹੀਂ ਹੈ। ਜਦੋਂ ਕਾਂਗਰਸ ਓਪੋਜੀਸ਼ਨ ਵਿੱਚ ਸੀ ਤਾਂ ਇਹ ਸੰਸਥਾ ਦਾ ਹਾਲ ਖਰਾਬ ਸੀ ਅਤੇ ਅਕਸਰ PIMS ਨੂੰ ਸਫੇਦ ਹਾਥੀ ਕਰਾਰ ਦਿੱਤਾ ਸੀ। 10 ਅਪ੍ਰੈਲ ਨੂੰ ਭਾਰਤ ਬੰਦ ਅੰਦੋਲਨ ਦੌਰਾਨ ਦੋ ਸਮੂਹਾਂ ਦੇ ਵਿਚਕਾਰ ਝੜਪਾਂ ਦੀ ਜਾਂਚ ਦੇ ਲਈ IG ਸੁਰਿੰਦਰ ਸਿੰਘ ਢਿੱਲੋਂ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। 8 ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। PM ਨਰਿੰਦਰ ਮੋਦੀ ਨੇ ਜੰਮੂ ਐਂਡ ਕਸ਼ਮੀਰ ਵਿੱਚ ਇੱਕ ਨਾਬਾਲਿਗ ਦਾ ਬਲਾਤਕਾਰ ਕਰਕੇ ਕਤਲ ਕਰਨ ਦੇ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਬਲਾਤਕਾਰ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾਵਾਂ ਦੇਸ਼ ਨੂੰ ਸ਼ਰਮਿੰਦਾ ਕਰਦੀਆਂ ਹਨ। ਇਸ ਦੇ ਦੌਰਾਨ ਪਿਛਲੇ ਮਹੀਨੇ ਕਠੂਆ ਦੇ ਮੁਲਜ਼ਮਾਂ ਦੇ ਸਮਰਥਨ ਵਿੱਚ ਰੈਲੀ ਵਿੱਚ ਸ਼ਾਮਲ ਹੋਏ ਦੋ BJP ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਹੈ। IMF ਨੇ ਕਿਹਾ ਹੈ ਕਿ ਭਾਰਤ ਨੂੰ ਆਧਾਰ ਵਰਗੇ ਵੱਡੇ ਪਹਿਚਾਣ ਪ੍ਰੋਗਰਾਮਾਂ ਨੂੰ ਲਾਗੂ ਕਰਦੇ ਸਮੇਂ ਪ੍ਰਾਈਵੇਸੀ ਅਤੇ ਸੁਰੱਖਿਆ ਨਿਯੰਤਰਣ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਗਲੋਬਲ ਫਾਈਨੈਂਸ਼ੀਅਲ ਬਾਡੀ ਨੇ ਭਾਰਤ ਨੂੰ ਬਾਇਓਮੈਟ੍ਰਿਕ ਆਈਡੈਂਟੀਫਿਕੇਸ਼ਨ ਸਿਸਟਮ ਵਿੱਚ ਇੱਕ ਲੀਡਰ ਵਜੋਂ ਪਹਿਚਾਣ ਦਿੱਤੀ। PM ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ SCs ਅਤੇ ST ਦੇ ਅਤਿਆਚਾਰ ਨੂੰ ਘੱਟ ਕਰਨ ਦੇ ਲਈ ਕਾਨੂੰਨ ਨੂੰ ਰੋਕਣ ਦੀ ਆਗਿਆ ਨਹੀਂ ਦੇਵੇਗੀ। ਉਹਨਾਂ ਨੇ ਇਹ ਐਲਾਨ ਸੁਪਰੀਮ ਕੋਰਟ ਦੇ ਨਵੇਂ ਨਿਰਦੇਸ਼ ਦੇਣ ਤੋਂ ਬਾਅਦ ਕੀਤਾ ਜੋ ਇਸ ਦੇ ਗਲਤ ਇਸਤੇਮਾਲ ਨੂੰ ਰੋਕਣ ਦੇ ਲਈ ਸੀ। ਯੂਨੀਅਨ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਦੇਸ਼ ਦੀ GDP ਵਿੱਚ ਹੈਲਥ ਕੇਅਰ ਸੈਕਟਰ ਦੇ ਸ਼ੇਅਰ 2.5% ਵਧਾਉਣ ਵਾਲੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨਰਸਿਸ, ਡਾਕਟਰਸ ਅਤੇ ਇਨਫਰਾਸਟ੍ਰਕਚਰ ਜ਼ਰੂਰਤਾਂ ਦੇ ਮੁਤਾਬਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਇੱਕ RTI ਕੁਐਰੀ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਦਫ਼ਤਰ ਨੇ ਆਪਣੇ 3 ਸਾਲ ਦੇ ਰਾਜ ਵਿੱਚ ਚਾਹ ਅਤੇ ਨਾਸ਼ਤੇ ਵਿੱਚ ਕੁੱਲ 1.03 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਜਦ ਤੋਂ ਕੇਜਰੀਵਾਲ ਦਿੱਲੀ ਦੇ CM ਅਹੁਦੇ ਤੇ ਆਏ ਹਨ, ਉਦੋਂ ਤੋਂ ਦਿੱਲੀ ਸਰਕਾਰ ਨੇ ਉਸ ਦੀਆਂ ਯਾਤਰਾਵਾਂ ਤੇ ਕੁੱਲ 11.99 ਲੱਖ ਰੁਪਏ ਖਰਚ ਕੀਤੇ ਹਨ। ਆਮ ਆਦਮੀ ਪਾਰਟੀ ਨੇ ਰਾਜਸਥਾਨ ਅਸੈਂਬਲੀ ਚੋਣਾਵਾਂ ਦੇ ਲਈ ਆਪਣੇ 10 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ।
ਆਉਣ ਵਾਲੇ ਚੋਣਾਂ ਦੇ ਵਿੱਚ ਪਾਰਟੀ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ। ਅੱਤਵਾਦੀ ਸੰਗਠਨ HPCD ਦੇ 114 ਅੱਤਵਾਦੀਆਂ ਨੇ ਆਪਣੇ ਆਪ ਨੂੰ ਮਿਜ਼ੋਰਮ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਹਥਿਆਰ ਅਤੇ ਗੋਲਾ ਬਾਰੂਦ ਨੂੰ ਜਮ੍ਹਾਂ ਕਰਵਾਇਆ ਹੈ। 2 ਹਫ਼ਤੇ ਪਹਿਲਾਂ ਮਿਜ਼ੋਰਮ ਸਰਕਾਰ ਨੇ ਇਸ ਮਣੀਪੁਰ ਆਧਾਰਿਤ ਅੱਤਵਾਦੀ ਸਮੂਹ ਦੇ ਨਾਲ ਇੱਕ ਸ਼ਾਂਤੀ ਦੇ ਸਮਝੌਤੇ ਦੇ ਦਸਤਖਤ ਕੀਤੇ ਸਨ। ਮੁੰਬਈ ਅਤੇ ਅਹਿਮਦਾਬਾਦ ਵਿਚਲੇ ਪ੍ਰਸਤਾਵਿਤ ਟ੍ਰੇਨ ਦੇ ਯਾਤਰੀਆਂ ਨੂੰ ਆਪਣੀ ਮੰਜ਼ਿਲ ਦੇ ਹਿਸਾਬ ਦੇ ਨਾਲ 250 ਤੋਂ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਕਿਰਾਇਆ ਮੌਜੂਦਾ ਅੰਦਾਜ਼ਿਆਂ ਅਤੇ ਗਿਣਤੀਆਂ ਦੇ ਆਧਾਰ ਤੇ ਹੈ। ਮੈਨਸ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ ਅਨੀਸ਼ ਪਨਵਾਲਾ ਨੇ ਸ਼ੁੱਕਰਵਾਰ ਨੂੰ ਇਸ ਖੇਡ ਦੇ ਰਿਕਾਰਡ ਨੂੰ ਤੋੜ ਦਿੱਤਾ, ਜਿਸ ਤੋਂ ਆਸਟ੍ਰੇਲੀਆ ਵਿੱਚ ਹੋ ਰਹੇ CWG ਦੇ 9ਵੇਂ ਦਿਨ ਤੇ ਭਾਰਤ ਕੋਲ ਕੁੱਲ 34 ਮੈਡਲ ਹੋ ਗਏ ਹਨ। 15 ਸਾਲ ਦੇ ਭਾਰਤੀ ਨੌਜਵਾਨ ਨੇ ਮੈਡਲ ਲਿਆ ਕੇ CWG ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਨੈਸ਼ਨਲ ਅਵਾਰਡਸ ਫਿਲਮ ਜੂਰੀ ਨੇ ਐਲਾਨ ਕੀਤਾ ਹੈ ਕਿ ਲੇਟ ਵਿਨੋਦ ਖੰਨਾ ਇਸ ਸਾਲ ਦੇ ਦਾਦਾ ਸਾਹਿਬ ਫਾਲਕੇ ਅਵਾਰਡ ਵਿਨਰ ਹਨ ਅਤੇ ਲੇਟ ਸ਼੍ਰੀਦੇਵੀ ਨੂੰ ਉਸਦੀ ਮੌਮ ਵਿੱਚ ਭੂਮਿਕਾ ਦੇ ਲਈ ਸਭ ਤੋਂ ਵਧੀਆ ਅਦਾਕਾਰਾ ਦਾ ਖਿਤਾਬ ਮਿਲੇਗਾ। ਨਿਊਟਨ ਨੂੰ ਸਭ ਤੋਂ ਵਧੀਆ ਹਿੰਦੀ ਫਿਲਮ ਦਾ ਖਿਤਾਬ ਮਿਲਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ UK ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ। UK ਦੀਆਂ 10 ਮੁੱਖ ਖਬਰਾਂ ਹਨ। ਵਿਰੋਧੀ ਧਿਰ ਦੇ ਨੇਤਾ ਜੈਰਮੀ ਕੋਰਬਿਨ ਨੇ ਦਾਅਵਾ ਕੀਤਾ ਹੈ ਕਿ UK ਸਰਕਾਰ ਸੀਰੀਆ ਵਿੱਚ ਮਿਜ਼ਾਈਲ ਹਮਲੇ ਸ਼ੁਰੂ ਕਰਨਾ ਹੈ ਕਿ ਨਹੀਂ, ਇਸ ਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ। ਕੈਬਨਿਟ ਮਿਨਿਸਟਰ ਕੈਮੀਕਲ ਹਥਿਆਰਾਂ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਕਾਰਵਾਈ ਲਈ ਸਹਿਮਤ ਹੋ ਗਏ ਸਨ। ਸ਼ੈਡੋ ਫੋਰਨ ਸੈਕਟਰੀ ਐਮਿਲੀ ਥੌਨਬੈਰੀ ਨੇ PM ਥਰੇਸਾ ਮੇ ਨੂੰ ਬੇਨਤੀ ਕੀਤੀ ਹੈ ਕਿ ਉਹ UK ਦੀ ਸਰਕਾਰ ਦੀਆਂ ਇਤਿਹਾਸਿਕ ਗਲਤੀਆਂ ਲਈ ਕਾਮਨਵੈਲਥ ਨੇਤਾਵਾਂ ਤੋਂ ਮਾਫ਼ੀ ਮੰਗੇ। ਇਹ ਬਿਆਨ ਆਇਆ ਕਿਉਂਕਿ ਮੇ ਅਗਲੇ ਮਹੀਨੇ ਦੇ ਕਾਮਨਵੈਲਥ ਸਮਿਟ ਦੇ ਵਿੱਚ ਹਿੱਸਾ ਲੈ ਰਹੇ ਹਨ। ਲੇਬਰ ਪਾਰਟੀ ਆਪਣੇ ਹੈਲਥ ਸੈਕਟਰੀ ਜੈਰਮੀ ਹੰਟ ਨੂੰ ਉਸਦੀ ਜਾਇਦਾਦ ਤੇ ਖੁਲਾਸਾ ਕਰਨ ਵਿੱਚ ਦੇਰੀ ਦੀ ਵਜ੍ਹਾ ਤੋਂ ਉਸਦਾ ਨਾਮ ਪਾਰਲੀਮੈਂਟਰੀ ਕਮਿਸ਼ਨਰ ਦੇ ਲਈ ਦੇਣਗੇ। ਹੰਟ ਨੇ ਪਹਿਲੇ ਮਾਫ਼ੀ ਮੰਗੀ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਉਹਨਾਂ ਨੇ ਲਗਜ਼ਰੀ ਫਲੈਟਸ ਖਰੀਦ ਕੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਸੀ। ਰਸ਼ੀਆ ਦੇ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਏਜੰਟਸ ਨੇ ਸੀਰੀਆ ਵਿੱਚ ਕੈਮੀਕਲ ਹਮਲਾ ਕੀਤਾ ਸੀ। UK ਨੇ US ਅਤੇ ਫਰਾਂਸ ਦੇ ਨਾਲ ਸੀਰੀਆ ਦੇ ਖਿਲਾਫ਼ ਮਿਲਟਰੀ ਰਿਟੈਲੀਏਸ਼ਨ ਵਿੱਚ ਹੱਥ ਮਿਲਾ ਲਏ ਹਨ। ਹਾਲਾਂਕਿ ਰਸ਼ੀਆ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਨਵੇਂ ਯੁੱਧ ਨੂੰ ਸ਼ੁਰੂ ਕਰ ਸਕਦਾ ਹੈ। ਮੀਡੀਆ ਜਾਇੰਟ BBC ਨੇ Radio 4 ਤੇ ਐਨੋਚ ਪੋਵੈਲ ਦਾ 1968 ਦਾ ਰਿਵਰ ਆਫ ਬਲੱਡ ਭਾਸ਼ਣ ਦੇ ਪ੍ਰਸਾਰਣ ਤੇ ਆਪਣੇ ਫੈਸਲੇ ਦਾ ਬਚਾਵ ਕੀਤਾ ਹੈ। ਇਹ ਭਾਸ਼ਣ ਲੇਟ ਰਾਈਟ ਵਿੰਗ MP ਦੇ ਐਂਟੀ ਇਮੀਗ੍ਰੇਸ਼ਨ ਸਟੈਂਡ ਦੀ ਨਿੰਦਾ ਕਰਦਾ ਹੈ। ਇਸ ਭਾਸ਼ਣ ਨੂੰ ਪ੍ਰਸਾਰ ਕਰਨ ਦੇ ਫੈਸਲੇ ਦੀ ਕਾਫ਼ੀ ਲੋਕਾਂ ਨੇ ਨਿੰਦਾ ਕੀਤੀ, ਇਹ ਕਹਿੰਦੇ ਹੋਏ ਕਿ ਇਹ ਭਾਸ਼ਣ ਰੇਸ਼ੀਅਲ ਨਫ਼ਰਤ ਨੂੰ ਉਕਸਾਉਂਦਾ ਹੈ। ਓਪਨ ਯੂਨੀਵਰਸਿਟੀ ਵਾਈਸ ਚਾਂਸਲਰ ਪੀਟਰ ਹੋਰੋਕਸ ਨੇ ਉਸਦੀ ਲੀਡਰਸ਼ਿਪ ਦੇ ਖਿਲਾਫ਼ ਇੱਕ ਨੋ ਕੌਨਫੀਡੈਂਸ ਵੋਟ ਦੇ ਕਰਕੇ ਅਸਤੀਫਾ ਦੇ ਦਿੱਤਾ ਹੈ। ਹੋਰੋਕਸ ਨੇ ਸਟਾਫ ਨੂੰ ਡਾਂਟਿਆ ਕਿ ਜੇ ਬਰਾਬਰ ਸਿੱਖਿਆ ਨਾ ਮਿਲੇ ਤਾਂ ਕਿਸੇ ਦੇ ਵੀ ਅਕੈਡੈਮਿਕਸ ਗਿਰ ਜਾਂਦੇ ਹਨ। ਯੂਨੀਵਰਸਿਟੀ ਨੂੰ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਨੂੰ 100 ਮਿਲੀਅਨ ਪਾਊਂਡਸ ਬਚਾਉਣੇ ਹੋਣਗੇ, ਜਿਸ ਤੋਂ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ। ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ UK ਦੀ ਐਲਕੋਹਲ ਨਿਰਦੇਸ਼ਾਂ ਤੋਂ ਲਗਾਤਾਰ ਜ਼ਿਆਦਾ ਪੀਣਾ ਤੁਹਾਡੇ ਜੀਵਨ ਦੇ ਕਾਫ਼ੀ ਸਾਲ ਲੈ ਸਕਦੇ ਹਨ। 2016 UK ਨਿਰਦੇਸ਼ਾਂ ਦੇ ਮੁਤਾਬਕ ਇੱਕ ਹਫ਼ਤੇ ਵਿੱਚ ਸਿਰਫ 14 ਯੂਨਿਟਸ ਦੀ ਸਿਫਾਰਿਸ਼ ਕੀਤੀ ਹੈ, ਜੋ ਕਿ ਸਿਰਫ ਬੀਅਰ ਦੇ 6 ਪਿੰਟਸ ਜਾਂ ਫਿਰ ਵਾਈਨ ਦੇ 7 ਗਲਾਸਾਂ ਦੇ ਬਰਾਬਰ ਹੈ। ਸਫਲ ਹਿਪ ਰਿਪਲੇਸਮੈਂਟ ਆਪਰੇਸ਼ਨ ਤੋਂ ਬਾਅਦ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਡਿਸਚਾਰਜ ਮਿਲ ਗਿਆ ਹੈ। 96 ਸਾਲਾਂ ਦੇ ਡਿਊਕ ਆਫ ਐਡਿਨਬਰਗ ਨੇ ਲੰਡਨ ਵਿੱਚ ਜਦੋਂ ਕਿੰਗ ਐਡਵਰਡ ਹਸਪਤਾਲ ਦੇ ਸਾਹਮਣੇ ਵਾਲੇ ਐਂਟਰੈਂਸ ਤੋਂ ਦਾਖਲ ਹੋਇਆ ਤਾਂ ਉਹਨਾਂ ਨੇ ਵੇਵ ਕੀਤਾ ਸੀ। ਉਹਨਾਂ ਨੂੰ ਹਸਪਤਾਲ ਦੇ ਵਿੱਚ 3 ਅਪ੍ਰੈਲ ਨੂੰ ਭਰਤੀ ਕੀਤਾ ਗਿਆ ਸੀ। ਲਿਵਰਪੂਲ ਚੈਂਪੀਅਨਸ ਲੀਗ ਦੇ ਸੈਮੀਫਾਈਨਲਸ ਦੇ ਲਾਸਟ ਰਾਊਂਡ ਵਿੱਚ ਮੈਨਚੈਸਟਰ ਸਿਟੀ ਨੂੰ ਇੱਕ ਵੱਡੇ ਅੰਤਰ ਨਾਲ ਹਰਾ ਕੇ ਰੋਮਾ ਨਾਲ ਖੇਡੇਗੀ। ਲਿਵਰਪੂਲ ਨੇ 5 ਗੋਲ ਮਾਰੇ ਸਿਟੀ ਦੇ 1 ਗੋਲ ਦੇ ਖਿਲਾਫ਼। ਇਸ ਮੈਚ ਦਾ ਵਿਜੇਤਾ ਬਾਇਰਨ ਮੁਨਿਕ ਜਾਂ ਰੀਅਲ ਮੈਡ੍ਰਿਡ ਦੇ ਨਾਲ ਖੇਡਣਗੇ, ਜੋ ਵੀ ਫਾਈਨਲ ਸਪੋਟ ਦੇ ਲਈ ਇੱਕ ਦੂਸਰੇ ਦਾ ਸਾਹਮਣਾ ਕਰਨਗੇ। ਸਾਊਥਹੈਂਪਟਨ ਵਿੱਚ ਆਪਣੀ ਸ਼ੁਰੂਆਤੀ ਰਾਤ ਦੇ ਦੌਰਾਨ ਸਟੇਜ ਤੇ ਡੈਬਰਿਸ ਡਿੱਗਣ ਤੋਂ ਬਾਅਦ ਟਾਈਟੈਨਿਕ ਦਾ ਮਿਊਜ਼ੀਕਲ ਦੀ ਪਰਫਾਰਮੈਂਸ ਨੂੰ ਰੱਦ ਕਰ ਦਿੱਤਾ ਸੀ। ਮੇ ਫਲਾਰ ਥੀਏਟਰ ਦੇ ਦਰਸ਼ਕਾਂ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਸਮੁੰਦਰੀ ਜਹਾਜ਼ ਦੇ ਆਈਸਬਰਗ ਦੇ ਟਕਰਾਣ ਤੋਂ ਬਾਅਦ ਚੀਜ਼ਾਂ ਉੱਤੋਂ ਥੱਲੇ ਡਿੱਗਣ ਲੱਗ ਪਈਆਂ। ਇਸਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲੈਨਰ ਤੱਕ ਸਾਰੇ UK ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ। ਕਰੀਨਾ ਕਪੂਰ ਖਾਨ, ਸੋਨਮ ਕਪੂਰ, ਸਵਰਾ ਭਾਸਕਰ ਐਂਡ ਛਿਕਾ ਤਲਸਾਨੀਆ ਹੈਵ ਬੀਨ ਸ਼ੂਟਿੰਗ ਫਾਰ ਅ ਸਪੈਸ਼ਲ ਸੌਂਗ ਫਾਰ ਦੇਅਰ ਮਚ ਅਵੇਟਡ ਫਿਲਮ ਵੀਰ ਦੀ ਵੈਡਿੰਗ। ਕੋਰੀਓਗ੍ਰਾਫਰ ਫਿਲਮ ਮੇਕਰ ਫਾਰਾ ਖਾਨ ਹੈਸ ਕੋਰੀਓਗ੍ਰਾਫਡ ਦਿਸ ਨੰਬਰ ਵਿਚ ਆਲਸੋ ਫੀਚਰਸ ਰੈਪਰ ਬਾਦਸ਼ਾਹ। ਦ ਟੀਮ ਰੈਪਡ ਅਪ ਦ ਸ਼ੂਟ ਐਂਡ ਪੋਸਟ ਫਾਰ ਅ ਫੋਟੋ ਟੁਗੈਦਰ ਔਨ ਦ ਸੈਟਸ। ਫਾਰਾ ਖਾਨ ਸ਼ੇਅਰਡ ਸਮ ਫੋਟੋਜ਼ ਔਨ ਹਰ ਇੰਸਟਾ ਹੈਂਡਲ ਇਨ ਵਿਚ ਕਰੀਨਾ ਇਜ਼ ਲੁਕਿੰਗ ਐਬਸੋਲਿਊਟਲੀ ਸਟਨਿੰਗ ਇਨ ਐਨ ਆਲ ਬਲੈਕ ਆਊਟਫਿਟ। ਸੋਨਮ ਟੂ ਰੌਕਡ ਐਨ ਆਲ ਬਲੈਕ ਆਊਟਫਿਟ ਐਂਡ ਟੀਮਡ ਇਟ ਵਿਦ ਅ ਸਟਾਈਲਿਸ਼ ਜੈਕਟ। Swara Bhaskar was all smiles in a casual outfit.
Shikha Dalsania also looked pretty in a flared pants and blazer. Go by these photographs, looks like we'll get to see some hot avatars of Kareena and Sonam in this movie. Directed by Shashank Ghosh, Veera Di Wedding will release on June 1st. The film is presented by Ekta Kapoor's home banner Balaji Motion Pictures and is a romantic comedy co-produced by Sonam's sister Riya Kapoor, Ekta and Nikhil Dwivedi. With October, Varun Dhawan tells an unusual love story which has never been seen before. After watching Varun aka Dan's unconditional love, Bollywood actresses are going gaga. Hear what they have to say about Dan and his love story in October. Anushka Sharma wishes luck to her Sui Dhaga co-star and said, "You are a wonderful actor and not that you need it, but all the best Varun Dhawan for October." Yami Gautam wrote, "You have an idea, Varun Dhawan, how brilliant you are as Dan. You have etched the complexity of your role with so much ease and vulnerability. One of the most earnest performances in a long time." And Banita Sandhu, big hug for such an impeccable debut. Varun's Judwa 2 co-star Tapsee Pannu said, "Having watched October, only one word comes to my mind, beautiful. And that's the feeling it leaves behind. Shujit Sirkar and Juhi Trivedi, you are a kick-ass combo. Varun Dhawan, I have never seen you so effortless on screen before. Banita Sandhu, welcome to movies." Sonu ke T2 ki sweetie actress Nushad Barocha said, "After a long time, a film that makes you feel so much by saying little, but the right little. I have fallen in love with Dan's love, just pure. Varun Dhawan, you've made me cry with a smile on my face. Banita Sandhu, your powerful silence, I'm gonna have to watch this film again." Aditi Rao Hedri said, "All hearts, all feeling, where time stands still, and you are transported into another world. October, cinema, Shujit Sirkar, Juhi Trivedi, Ronnie Lehri, thank you for being you." Kiara Advani said, "Congratulations, Shujit Sirkar sir, Varun Dhawan, Juhi Trivedi, Banita Sandhu and the entire team of October for creating this gem. Varun Dhawan, undoubtedly your best performance. You lived Dan effortlessly with that innocent, carefree charm, so real and so endearing." Ayushman Khurana tweeted, "Subtlety in love is rare, and that too on the celluloid is the rarest form of cinema. October celebrates true selfless love. Varun Dhawan's innocence is so endearing. Banita Sandhu is a great discovery. Thank you, Shujit Sirkar."